ਤਿਹਾਰ ਨਜ਼ਦੀਕ ਆ ਰਿਹਾ ਤੇ ਇਸੇ ਵਿਚਾਲੇ ਇੱਕ ਖਬਰ ਜੋ ਤੁਹਾਨੂੰ ਹੈਰਾਨ ਕਰ ਸਕਦੀ ਹੈ ਦੱਸਦੀ ਹੈ ਕਿ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਕ ਜੇਕਰ ਤੁਸੀਂ ਪਟਾਕੇ ਚਲਾਉਨੇ ਹੋ ਤਾਂ ਤੁਹਾਨੂੰ 5000 ਰੁਪਏ ਤੱਕ ਦਾ ਜੁਰਮਾਨਾ ਪਰਣਾ ਪੈ ਸਕਦਾ ਹੈ ਤੇ ਨਾਲ-ਨਾਲ 6 ਮਹੀਨੇ ਜੇਲ ਵੀ ਕਟਨੀ ਪੈ ਸਕਦੀ ਹੈ ਦਿਹਾੜਲੀ ਦੇ ਤਿਹਾੜ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਟਾਕੇ ਜਿਹੜੇ ਨੇ ਉਹਨਾਂ ਦੀ ਦੁਕਾਨਾਂ ਲਗਾਈਆਂ ਜਾਂਦੀਆਂ ਨੇ ਪਟਾਕੇ ਜਿਹੜੇ ਨੇ ਵਿੱਚ ਜਾਂਦੇ ਨੇ ਤੇ ਤਿਹਾੜ ਵਾਲੇ ਦਿਨ ਬਹੁਤ ਸਾਰੇ ਪਟਾਕੇ ਜਿਹੜੇ ਨੇ ਚਲਾਏ ਜਾਂਦੇ ਨੇ ਤੇ ਜਿਸ ਦੇ ਕਰਕੇ ਪ੍ਰਦੂਸ਼ਣ ਦੀ ਗਿਣਤੀ ਜਿਹੜੀ ਹੈ ਉਹ ਵੱਧ ਜਾਂਦੀ ਹੈ 에어 ਪੋਲੂਸ਼ਨ ਜ਼ਿਆਦਾ ਹੋ ਜਾਂਦਾ ਤੇ ਇਹ ਮੱਦੇ ਨਜ਼ਰ ਰੱਖਦੇ ਹੋਏ ਇੱਕ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਪ੍ਰੈਸ ਵਾਰਤਾ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਜੇਕਰ ਤੁਸੀਂ ਪਟਾਕੇ ਚਲਾਉਣੇ ਹੋ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾ ਪਵੇਗਾ ਤੇ ਜੇਲ੍ਹ ਵੀ ਕੱਟਣੀ ਪਵੇਗੀ ਤਾਂ ਕੀ ਵੇਰਵਾ ਦਿੱਤਾ ਗਿਆ ਪ੍ਰੈਸ ਵਾਰਟਾ ਦੇ ਦੌਰਾਨ ਉਹ ਵੀ ਤੁਹਾਨੂੰ ਡਿਟੇਲ ਚ ਦੱਸ ਦੱਸ ਦਿੰਦੇ ਆ ਪਰ ਧਿਆਨ ਦੇ ਨਾਲ ਇਹ ਜਾਣਕਾਰੀ ਸੁਣੀਓ ਤੁਹਾਡੇ ਲਈ ਬੇਹਦ ਜ਼ਰੂਰੀ ਹੋ ਸਕਦੀ ਹੈ ਤਾਂ ਦੱਸਦੇ ਕਿ ਆਪ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਟੀਮਾਂ ਵੀ ਤਨਾਤ ਕਰ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਇਹ ਕਿਹਾ ਗਿਆ ਕਿ ਜੇਕਰ ਕੋਈ ਪਟਾਕੇ ਚਲਾਉਂਦਾ ਤਾਂ ਉਸ ਦੀ ਖੈਰ ਨਹੀਂ ਹੋਵੇਗੀ ਤਾਂ 6 ਮਹੀਨੇ ਜੇਲ ਵੀ ਹੋ ਸਕਦੀ ਹੈ 200 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਜੇਕਰ ਤੁਹਾਡੀ ਦੁਕਾਨਤ ਤੇ ਤੁਸੀਂ ਪਟਾਕੇ ਰੱਖਦੇ ਹੋ ਤੇ ਸਟਾਕ ਕਰਕੇ ਰੱਖਦੇ ਹੋ ਤਾਂ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਹੋਵੇਗਾ ਇਸੇ ਦੇ ਨਾਲ ਨਾਲ 3 ਸਾਲ ਤੱਕ ਦੀ ਜੇਲ ਵੀ ਹੋਵੇਗੀ ਤਾਂ ਸਰਕਾਰ ਦੇ ਵੱਲੋਂ ਆਪ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਪ੍ਰੈਸ ਵਾਰਤਾ ਦੇ ਵਿੱਚ ਦੱਸਦੇ ਕਿ ਦਿੱਲੀ ਦੇ ਵਿੱਚ ਇਹ ਲਾਗੂ ਹੋਇਆ ਦਿੱਲੀ ਦੀ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਐਲਾਨ ਕੀਤਾ ਗਿਆ ਹੈ ਦੀਵਾਲੀ ਦੇ ਮੌਕੇ ਤੋਂ ਪਹਿਲਾਂ ਹੀ ਕੁਝ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਵੱਖ-ਵੱਖ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਇਹ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਇਹ ਸੁਨਿਸ਼ਚਿਤ ਕਰਨ ਗਿਆ ਕਿ ਕੋਈ ਵੀ ਦੁਕਾਨ ਦੇ ਉੱਤੇ ਪਟਾਕੇ ਨਾ ਹਣ ਜਾਂ ਫਿਰ ਕੋਈ ਵੀ ਸਟਾਕ ਕਰਕੇ ਪਟਾਕੇ ਨਾ ਰੱਖੇ ਤੇ ਕਿਸੇ ਦੇ ਵੱਲੋਂ ਵੀ ਪਟਾਕੇ ਨਾ ਚਲਾਏ ਜਾਣ ਤਾਂ 에ਅਰ ਪੋਲੂਸ਼ਨ ਨੂੰ ਦੇਖਦੇ ਹੋਏ ਉਹ ਨਾ ਹੋਵੇ ਦੀਵਾਲੀ ਦੇ ਮੌਕੇ ਦੇ ਉੱਤੇ ਤਾਂ ਉਸ ਨੂੰ ਰੋਕਣ ਦੇ ਲਈ ਜਿਹੜਾ ਆਪ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਇਹ ਟੀਮ ਤੈਨਾਤ ਕੀਤੀ ਗਈ ਹੈ। ਤਿਹਾੜੀ ਨਜ਼ਦੀਕ ਆ ਰਿਹਾ ਤੇ ਇਸੇ ਵਿਚਾਲੇ ਇੱਕ ਖਬਰ ਜੋ ਤੁਹਾਨੂੰ ਹੈਰਾਨ ਕਰ ਸਕਦੀ ਹੈ ਦੱਸਦੀ ਹੈ ਕਿ ਇੱਕ ਖਬਰ سامنے ਆ ਰਹੀ ਹੈ ਜਿਸ ਦੇ ਮੁਤਾਬਕ ਜੇਕਰ ਤੁਸੀਂ ਪਟਾਕੇ ਚਲਾਉਂਦੇ ਹੋ ਤਾਂ ਤੁਹਾਨੂੰ 5000 ਰੁਪਏ ਤੱਕ ਦਾ ਜੁਰਮਾਨਾ ਪਰਣਾ ਪੈ ਸਕਦਾ ਹੈ ਤੇ ਨਾਲ-ਨਾਲ 6 ਮਹੀਨੇ ਜੇਲ ਵੀ ਕਟਨੀ ਪੈ ਸਕਦੀ ਹੈ ਦਿਹਾੜਲੀ ਦੇ ਤਿਹਾੜ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਟਾਕੇ ਜਿਹੜੇ ਨੇ ਉਹਨਾਂ ਦੀ ਦੁਕਾਨਾਂ ਲਗਾਈਆਂ ਜਾਂਦੀਆਂ ਨੇ ਪਟਾਕੇ ਜਿਹੜੇ ਨੇ ਵਿੱਚ ਜਾਂਦੇ ਨੇ ਤੇ ਤਿਹਾੜ ਵਾਲੇ ਦਿਨ ਬਹੁਤ ਸਾਰੇ ਪਟਾਕੇ ਜਿਹੜੇ ਨੇ ਚਲਾਏ ਜਾਂਦੇ ਨੇ ਤੇ ਜਿਸ ਦੇ ਕਰਕੇ ਪ੍ਰਦੂਸ਼ਣ ਦੀ ਗਿਣਤੀ ਜਿਹੜੀ ਆ ਉਹ ਵੱਧ ਜਾਂਦੀ ਹੈ 에ਅਰ ਪੋਲੂਸ਼ਨ ਜ਼ਿਆਦਾ ਹੋ ਜਾਂਦਾ ਤੇ ਇਹ ਮੱਦੇ ਨਜ਼ਰ ਰੱਖਦੇ ਹੋਏ ਇਕ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਪ੍ਰੈਸ ਵਾਰਤਾ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਜੇਕਰ ਤੁਸੀਂ ਪਟਾਕੇ ਚਲਾਉਨੇ ਹੋ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾ ਪਵੇਗਾ ਤੇ ਜੇਲ੍ਹ ਵੀ ਕਟਣੀ ਪਵੇਗੀ ਤਾਂ ਕੀ ਵੇਰਵਾ ਦਿੱਤਾ ਗਿਆ ਪ੍ਰੈਸ ਵਾਰਤਾ ਦੌਰਾਨ ਉਹ ਵੀ ਤੁਹਾਨੂੰ ਡਿਟੇਲ ਚ ਦੱਸ ਦੱਸ ਦਿੰਦੇ ਆ ਪਰ ਧਿਆਨ ਦੇ ਨਾਲ ਇਹ ਜਾਣਕਾਰੀ ਸੁਣੀਓ ਤੁਹਾਡੇ ਲਈ ਬੇਹੱਦ ਜ਼ਰੂਰੀ ਹੋ ਸਕਦੀ ਹੈ ਤਦ ਦੱਸ ਦੇ ਕਿ ਆਪ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਟੀਮਾਂ ਵੀ ਤਨਾਤ ਕਰ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਇਹ ਕਿਹਾ ਗਿਆ ਕਿ ਜੇਕਰ ਕੋਈ ਪਟਾਕੇ ਚਲਾਉਂਦਾ ਤਾਂ ਉਸਦੀ ਖੈਰ ਨਹੀਂ ਹੋਵੇਗੀ ਤਾਂ 6 ਮਹੀਨੇ ਜੇਲ੍ਹ ਵੀ ਹੋ ਸਕਦੀ ਹੈ 200 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਜੇਕਰ ਤੁਹਾਡੀ ਦੁਕਾਨਤ ਤੇ ਤੁਸੀਂ ਪਟਾਕੇ ਰੱਖਦੇ ਹੋ ਤੇ ਸਟਾਕ ਕਰਕੇ ਰੱਖਦੇ ਹੋ ਤਾਂ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਹੋਵੇਗਾ ਇਸੇ ਦੇ ਨਾਲ ਨਾਲ 3 ਸਾਲ ਤੱਕ ਦੀ ਜੇਲ੍ਹ ਵੀ ਹੋਵੇਗੀ ਤਾਂ ਸਰਕਾਰ ਦੇ ਵੱਲੋਂ ਆਪ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਪ੍ਰੈਸ ਵਾਰਤਾ ਦੇ ਵਿੱਚ ਦੱਸਦੇ ਕਿ ਦਿੱਲੀ ਦੇ ਵਿੱਚ ਇਹ ਲਾਗੂ ਹੋਇਆ ਦਿੱਲੀ ਦੀ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਐਲਾਨ ਕੀਤਾ ਗਿਆ ਹੈ ਦੀਵਾਲੀ ਦੇ ਮੌਕੇ ਤੋਂ ਪਹਿਲਾਂ ਹੀ ਕੁਝ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਇਹ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਇਹ ਸੁਨਿਸ਼ਚਿਤ ਕਰਨ ਗਿਆ ਕਿ ਕੋਈ ਵੀ ਦੁਕਾਨ ਦੇ ਉੱਤੇ ਪਟਾਕੇ ਨਾ ਹਣ ਜਾਂ ਫਿਰ ਕੋਈ ਵੀ ਸਟਾਕ ਕਰਕੇ ਪਟਾਕੇ ਨਾ ਰੱਖੇ ਤੇ ਕਿਸੇ ਦੇ ਵੱਲੋਂ ਵੀ ਪਟਾਕੇ ਨਾ ਚਲਾਏ ਜਾਣ ਤਾਂ 에ਅਰ ਪੋਲਿਊਸ਼ਨ ਨੂੰ ਦੇਖਦੇ ਹੋਏ ਉਹ ਨਾ ਹੋਵੇ ਦੀਵਾਲੀ ਦੇ ਮੌਕੇ ਦੇ ਉੱਤੇ ਤਾਂ ਉਸ ਨੂੰ ਰੋਕਣ ਦੇ ਲਈ ਜਿਹੜਾ ਆਪ ਸਰਕਾਰ ਦੇ ਵੱਲੋਂ ਦਿੱਲੀ ਦੇ ਵਿੱਚ ਇਹ ਟੀਮ ਤੈਨਾਤ ਕੀਤੀ ਗਈ ਹੈ